ਅਸਲਾਮੁਅਲੈਕਮ ਮਿਰਨਵੀਰ ਨੀਓ ਕੀ ਹਾਲੇ ਤੁਸੀਂ ਠੀਕ ਹੋ ਜੀ ਇੱਥੇ ਸੁਬਾ ਸੁਬਾ ਦਾ ਟਾਈਮ ਸੀ ਤੇ ਮੈਂ ਨਿਕਲੀ ਵਾਕ ਤੇ ਮੈਂ ਕਿਹਾ ਥੋੜੇ ਜੀ ਜ਼ਰਾ ਸੈਰ ਕਰਾਂ ਆਪਣੀ ਸਿਹਤ ਨੂੰ ਥੋੜਾਕ ਠੀਕ ਕਰੀਏ ਬੜੀ ਥਕਾਵਟ ਹੋ ਜਾਂਦੀ ਏ ਤੇ ਬਸ ਜੀ ਮੈਂ ਬੇਟੇ ਦੇ ਨਾਲ ਫਿਰਾਈ ਇੱਥੇ ਆਜ ਦਾ ਉਹਨੇ ਕੁਝ ਚੀਜ਼ਾਂ ਲੈਣੀਆਂ ਸਨ ਮੈਂ ਵੀ ਲੈਣੀਆਂ ਸਨ ਇਹ ਚਾਈਨੀਸ ਸ਼ਾਪ ਖੁੱਲੀ ਆਜ ਦਾ ਦੇ ਵਿੱਚ ਹੀ ਤੇ ਮੈਂ ਐਵੇਂ ਹੀ ਮੈਂ ਕਿਹਾ ਜ਼ਰਾ ਮੈਂ ਜਾ ਕੇ ਵੇਖਾਂ ਮੈਨੂੰ ਨਾ ਡਿਫਰੈਂਟ ਕਲਚਰ ਦੀਆਂ ਚੀਜ਼ਾਂ ਵੇਖੜੀਆਂ ਬੜੀਆਂ ਹੀ ਚੰਗੀਆਂ ਲੱਗਦੀਆਂ ਨੇ ਤੇ ਫ੍ਰਿਜ ਸੈਕਸ਼ਨ 'ਚ ਮੈਂ ਵੇਖਿਆ ਉੱਤੇ ਤੰਨੀਆਂ ਵੀ ਪਿਆ ਸੀ ਜਿਹੜਾ ਇਹਨਾਂ ਦੀਆਂ ਸਬਜ਼ੀਆਂ ਦੇ ਵਿੱਚ ਮੂਲੀਆਂ ਪਈਆਂ ਸਨ ਕੈਬਿਜ ਪਈ ਸੀ ਹੋਰ ਵੀ ਕਾਫੀ ਚੀਜ਼ਾਂ ਇੱਥੇ ਪਈਆਂ ਸਨ ਮੈਂ ਕਿਹਾ ਜੇ ਕਿਸੇ ਨੂੰ ਤੰਨੀਆਂ ਨਾਲ ਲੱਭੇ ਤੇ ਇੱਥੋਂ ਆ ਕੇ ਲੈ ਜਾਈਓ ਕਿਉਂਕਿ ਆਸਡਾਚ ਅਕਸਰ ਹੀ ਮੁੱਕਿਆ ਹੁੰਦਾ ਹੈ ਫਰੈਸ਼ ਪੇਸਟਰੀ ਬਣੀ ਪਈ ਸੀ ਤੁਸੀਂ ਫਿਲਿੰਗ ਕਰਕੇ ਕੋਸ਼ੇ ਚ ਪਾ ਲਓ ਪਰ ਚੈੱਕ ਜ਼ਰੂਰ ਕਰੋ ਕਿ ਉਹ ਹلال ਹੈ ਕਿ ਨਹੀਂ ਤੇ ਜੀ ਫੁੱਲਾਂ ਦੀ ਬਹਾਰ ਸੀ ਹੈ ਫੁੱਲਾਂ ਦੀ ਬਹਾਰ ਆਈ ਸੀ ਇੱਥੇ ਤੇ ਬਸ ਮੈਂ ਬੇਟੇ ਨਹੀਂ ਕਹਿੰਦੀ ਪਈ ਸਾਂ ਕਿ ਹੁਣ ਚੀਜ਼ਾਂ ਜਿਹੜੀਆਂ ਨੇ ਨਾ ਉਹਨੀਆਂ ਕਿ ਲਈਓ ਜਿੰਨੀਆਂ ਪਕਾਣੀਆਂ ਨੇ ਉਹਨੇ ਇੱਥੋਂ ਲਿਆ 바ਰਬੀਕਿਊ ਪਤਾ ਨਹੀਂ ਕਿਹੜੇ ਦਿਨ ਬਣੇਗਾ ਫੇਰ ਜੀ ਮੈਂ ਇੱਥੋਂ ਫਾਰਮਸੀ ਤੋਂ ਆਪਣੀ ਦਵਾਈ ਲੈਣੀ ਸੀ ਉਹ ਲਈ ਇੱਥੋਂ ਥੋੜੀ ਜਿਹੀ ਲਈ ਸਬਜ਼ੀ ਔਰ ਇੱਥੇ ਆਈ ਮੈਂ ਇਧਰ ਜਿਹੜਾ ਸਾਡਾ ਸਾਰਾ ਏਸ਼ੀਅਨ ਸੈਕਸ਼ਨ ਪਿਆ ਹੈ ਇੰਡੀਅਨ ਵਈ ਸਾਡੇ ਮਸਾਲੇ ਚਾਵਲ ਹਰ ਚੀਜ਼ ਤੇ ਇਹਦੇ ਵਿੱਚ ਮੈਨੂੰ ਯਾਦ ਆਇਆ ਕਿ ਬੂ ਦੀ ਟ੍ਰੀਟ ਵੀ ਲੈ ਲਵਾਂ ਵਿਚਾਰੀ ਆ ਕੇ ਮੇਰੇ ਕੋਲ ਖਲੋਂਦੀ ਹੈ ਕਿ ਮੈਨੂੰ ਦੇ ਕੁਝ ਖਾਣ ਲਈ ਤੇ ਮੈਂ ਕਿਹਾ ਮੈਂ ਇਹ ਵੀ ਚੁੱਕ ਲਵਾਂ ਤੇ ਜੇ ਇੱਥੋਂ ਅਸੀਂ ਲਈਆਂ ਪਿੰਡੀਆਂ ਅਸੀਂ ਇੱਥੋਂ ਲੈ ਬੈਂਗਨ ਤੇ ਜੀ ਫਿਰ ਅਸੀਂ ਚੱਲੇ ਕਾਰ ਵਾਲੇ ਪਾਸੇ ਤੁਹਾਨੂੰ ਫਿਰ ਮੈਂ ਦੱਸਾਂਗੀ ਕਿ ਇਹਦਾ ਮੈਂ ਕੀ ਬਣਾਣਾ ਰਸਤੇ 'ਚ ਐਵੇਂ ਦੇਖੇ ਕਾਫੀ 올ਡ ਏਜ ਦੇ ਸਨ ਹਸਬੰਡ ਵਾਈਫ ਜਾਂਦੇ ਪੇ ਇੱਕ ਦੂਜੇ ਦੀ ਬਾਹ ਫੜ ਕੇ ਤੇ ਇੱਥੇ ਮੈਂ ਵੇਖਿਆ ਇੱਥੇ ਬੜਾ ਹੀ ਸਪੋਰਟ ਕਰਦੇ ਨੇ ਐ ਨਹੀਂ ਹੁੰਦੀ ਕਿ ਏਜ ਜ਼ਿਆਦਾ ਹੋ ਜਾਏ ਤੇ ਤੁਹਾਨੂੰ ਇੱਕ ਦੂਜੇ ਦੇ ਸਾਥ ਦੀ ਜ਼ਰੂਰਤ ਨਹੀਂ ਹੁੰਦੀ ਉਦੋਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਮੀਆਂ ਬੀਵੀ ਦਾ ਰਿਸ਼ਤਾ ਹੀ ਐਸਾ ਹੈ ਅੱਲਾ ਨੇ ਬਣਾਇਆ ਕਿ ਇਹ ਰਿਸ਼ਤਾ ਐਂਡ ਤੇ ਮੁੱਕਦਾ ਬੰਦੇ ਦੀ ਜ਼ਿੰਦਗੀ 'ਚ ਬਾਕੀ ਸਭ ਰਿਸ਼ਤੇ ਉਸ ਤੋਂ ਪਹਿਲਾਂ ਹੀ ਖਤਮ ਹੋ ਜਾਂਦੇ ਨੇ ਤੋ ਜੀ ਐ ਇੱਥੇ ਮੈਂ ਆਲੂ ਚਲੇ ਪਿਆਜ਼ ਕੱਟੇ ਧਨੀਆਂ ਜਿਹੜਾ ਉਹ ਬਣਾਉਂਦੀ ਪਈਸਾ ਅੱਜ ਮੈਂ ਬਣਾਉਣਾ ਏ ਪੀਜ਼ਾ ਤੇ ਨਾਲੇ ਅੱਜ ਮੈਂ ਉਧਰ ਵਸੀਮ ਵਾਸਤੇ ਵੀ ਖਾਣਾ ਬਣਾ ਕੇ ਭੇਜਣਾ ਸੀ ਤੇ ਸਭ ਤੋਂ ਪਹਿਲੇ ਮੈਂ ਕਿਹਾ ਮੈਂ ਨਾ ਇਹ ਜਿਹੜਾ ਬਣਾਉਣਾ ਏ ਪੀਜ਼ੇ ਦੀ ਜਿਹੜੀ ਪ੍ਰੈਪਰੇਸ਼ਨ ਏ ਉਹ ਕਰ ਲਵਾਂ ਚਿਕਨ ਥੋੜੀ ਜਿਹੀ ਮੈਂ ਤੋਤੀ ਸਬਜ਼ੀਆਂ ਕਟੀਆਂ ਇੱਥੇ ਮੈਂ ਲਿਆ ਡੇਡ ਡੇਡ ਕੱਪ ਵਾਰਮ ਮਿਲਕ ਉਹਦੇ ਚ ਮੈਂ ਇੱਕ ਸਾਸ਼ੇ ਯੀਸਟ ਦਾ ਪਾਇਆ ਸੀ ਇੱਕ ਟੇਬਲस्पून ਚੀਨੀ ਪਾਈ ਸੀ ਤੇ ਬਸ ਉਹਨਾਂ ਨੂੰ ਮਿਕਸ ਕਰਕੇ ਇੱਕ ਅੰਡਾ ਉਹਦੇ ਚ ਪਾ ਦਿੱਤਾ ਸੀ ਤੇ ਬਾਹਰ ਮੌਸਮ ਵੇਖੋ ਜੀ ਮੈਂ ਤੇ ਜਿਹੜੇ ਦਿਨ ਧੁੱਪ ਨਿਕਲੀ ਹੋਏ ਨਾ ਉਸ ਦਿਨ ਬੜਾ ਹੀ ਮੇਰਾ ਦਿਲ ਖੁਸ਼ ਹੁੰਦਾ ਹੈ ਮੈਨੂੰ ਲੱਗਦਾ ਅੱਜ ਦਿਨ ਬਹੁਤ ਸੋਹਣਾ ਤੇ ਜੀ ਇਹਨੂੰ ਅਸੀਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਮੈਂ ਇਹਦੇ ਚ ਪਾਇਆ ਔਇਲ ਫਿਰ ਤੁਸੀਂ ਇਹਦੇ ਚ ਪਲੇਨ ਫਲੌਰ ਇੰਨਾ ਕੁ ਪਾਣਾ ਕਿ ਉਹ ਬਸ ਸੌਫਟ ਜਈ ਡੋ ਆਦੀ ਬਣ ਜਾਏ ਆਟਾ ਨਰਮ ਜਿਹਾ ਗੁੱਝਿਆ ਜਾਏ ਤੇ ਆ ਵੇਖੋ ਜੀ ਇੱਥੇ ਫਿਰ ਮੈਂ ਨੂੰ ਥੋੜਾ ਜਿਹਾ ਤੇਲ ਲਾ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਆ ਵੇਖੋ ਗੁੰਨਿਆਂ ਔਰ ਫਿਰ ਮੈਂ ਇਸ ਤਰ੍ਹਾਂ ਨੂੰ ਲਾ ਕੇ ਇਹਦੇ ਉੱਤੇ ਕਵਰ ਕਰਕੇ ਰੱਖ ਦਿੱਤਾ ਕੋਈ 2 ਘੰਟੇ ਵਾਸਤੇ ਇੱਥੇ ਮੈਂ ਚਿਕਨ ਲਈ ਚਿਕਨ 'ਚ ਮੈਂ ਪਾਈ ਐ ਫਜੀਤਾ ਸੀਜ਼ਨਿੰਗ ਤੇ ਇਹਦੇ ਵਿੱਚ ਮੈਂ ਮਿਕਸ ਕਰ ਲਿਆ ਫਿਰ ਮੈਨੂੰ ਲੱਗਦਾ ਮੈਂ ਥੋੜਾ ਜਿਹਾ ਇਹਦੇ ਵਿੱਚ ਚਿਕਨ ਟਿੱਕਾ ਮਸਾਲਾ ਵੀ ਪਾ ਕੇ ਮਿਕਸ ਪਾ ਕੇ ਥੋੜਾ ਜਿਹਾ ਔਇਲ ਪਾ ਕੇ ਉਹਦੇ 'ਚ ਮੈਂ ਇਹਨੂੰ ਇਸ ਤਰ੍ਹਾਂ ਪਕਾ ਲਵਾਂਗੀ ਕਿ ਸਾਡੀ ਜਿਹੜੀ ਇਹ ਚਿਕਨ ਉਹ ਸਾਡੀ ਬੜੀ ਸੋਹਣੀ ਗਲ ਜਾਏ ਤੋਂ ਜੀ ਹਾਂ ਪਰ ਮੈਨੇ ਕਾ ਕੇ ਮੈਂ ਸ਼ਿਮਲਾ ਮਰਚੇ ਜੋ ਹੈ ਇਨ ਕੋ ਵੀ ਕਾਟ ਲੂੰ ਤੇ ਇੱਥੇ ਜੀ ਇਹਨਾਂ ਨੂੰ ਮੈਂ ਫਿਰ ਬ੍ਰੇਕ ਬ੍ਰੇਕ ਕਟਿਆ ਸ਼ਾਮੀ ਮੇਰੇ ਫਿਰ ਹਸਬੰਡ ਆਏ ਸ਼ਾਮ ਤੇ ਨਹੀਂ ਸੀ ਜਲਦੀ ਆ ਗਏ ਸਨ ਤੇ ਇਹ ਕੰਮ ਵਾਲਿਆਂ ਨੇ ਜੀ ਇਫਤਾਰੀ ਭੇਜੀ ਹਾਲਾਂਕਿ ਇੰਗਲਿਸ਼ ਕੰਪਨੀ ਅਮਰੀਕਨ ਕੰਪਨੀ ਤੇ ਉਹਨਾਂ ਨੇ ਆ ਪਲੇਟਰ ਤੇ ਜਿਆਸੀ ਸਾਰਾ ਵਿੱਚ ਸਮੋਸੇ ਵੀ ਸਨ ਸਾਰਾ ਵੈਜੀਟੇਰੀਅਨ ਸੀ ਸੈਂਡਵਿਚਸ ਵੀ ਸਨ ਜਿਹੜੇ ਇਫਤਾਰੀ ਦੇ ਨਾਲ ਖਾਣ ਮੈਂ ਕਿ ਇਹਨਾਂ ਨੂੰ ਰੱਖ ਦਿਓ ਹਲੇ ਬਾਦ ਚ ਵੇਖਾਂਗੇ ਤੇ ਇੱਥੇ ਜੀ ਮੈਂ ਸਭ ਤੋਂ ਪਹਿਲੇ ਮੈਂ ਕਿਹਾ ਮੈਂ ਪਕਾ ਲਵਾਂ ਚਿਕਨ ਜਿਹੜੀ ਮੈਂ ਭੇਜਣੀ ਹੈ ਉਧਰ ਵਸੀਮ ਵਾਸਤੇ ਹੇਨਾ ਤੁਹਾਨੂੰ ਪਤਾ ਪਾਕਿਸਤਾਨ ਗਈ ਹੈ ਤੇ ਮੈਂ ਕਿਹਾ ਚਲੋ ਅੱਜ ਚਿਕਨ ਕੜਾਈ ਤੇ ਨਾਲ ਰੋਟੀਆਂ ਫੁਲਕੇ ਬਣਾ ਕੇ ਭੇਜਾਂ ਤੋ ਜੀ ਇਹਨੂੰ ਅਸੀਂ ਲਸਣ ਅਦਰਕ ਚ ਚਿਕਨ ਨੂੰ ਚੰਗੀ ਤਰ੍ਹਾਂ ਜ਼ਰਾ ਬ੍ਰਾਊਨ ਕਰਨਾ ਹੈ ਇਧਰ ਮੈਂ ਤਿੰਨ ਟਮਾਟਰ ਲਏ ਉਹਨਾਂ ਤਿੰਨ ਟਮਾਟਰਾਂ ਨੂੰ ਅਸੀਂ ਫਿਰ ਚਿਕਨ ਚ ਪਾ ਕੇ ਤੇ ਸਟੀਮ ਹਸਤੇ ਰੱਖ ਦੇਣਾ ਜਿਹੜੇ ਉਹ ਚੰਗੇ ਸਟੀਮ ਹੋ ਜਾਣ ਤੇ ਸਕਿਨ ਜਿਹੜੀ ਹੈ ਨਾ ਫਿਰ ਉਹਨਾਂ ਦੀ ਤੁਸੀਂ ਆਹਤਾ-ਆਹਤਾ ਲਾਲ ਬੋਸਾਰੀ ਔਰ ਬਾਅਦ ਚ ਟਮਾਟਰ ਬੜੇ ਸੋਹਣੇ ਮੈਸ਼ ਹੋ ਜਾਂਦੇ ਨੇ ਤੇ ਹਰੀਆਂ ਮਿਰਚਾਂ ਮੈਂ ਵਿੱਚ ਪਾਈਆਂ ਤਿੰਨ ਚਾਰ ਇਸ ਤਰ੍ਹਾਂ ਤੋਂ ਜੀ ਇਹਦੇ ਵਿੱਚ ਫਿਰ ਮਸਾਲੇ ਜਿਹੜੇ ਜਾਣੇ ਨੇ ਉਹ ਵੇ ਕਾਲੀ ਮਿਰਚ ਸੁੱਕੀ ਮੇਤੀ ਨਮਕ ਮਿਰਚ ਔਰ ਕ੍ਰਸ਼ ਚਿਲਿਸ ਹਲਦੀ ਥੋੜੀ ਜੀ ਉਹ ਪਾ ਕੇ ਤੇ ਬਸ ਜੀ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬੜੀ ਮਜ਼ੇਦਾਰ ਜਿਹੜੀ ਹੈ ਬਣੀ ਸੀ ਖਰ ਮੈਂ ਤਾਂ ਖਾਦੀ ਨਹੀਂ ਚੱਖੀ ਸੀ ਥੋੜੀ ਜੀ ਬਹੁਤ ਤੇਜ਼ੀ ਇਹਦੇ ਵਿੱਚ ਫਿਰ ਮੈਂ 2 ਟੇਬਲस्पून ਦਹੀਂ ਦੇ ਪਾ ਕੇ ਜਿਹੜੇ ਵੇਲੇ ਤੁਸੀਂ ਦਹੀਂ ਪਾਣਾ ਤੁਸੀਂ ਬੜੀ ਸਪੀਡ ਨਾਲ ਹਾਈ ਫਲੇਮ ਤੇ ਇਹਨੂੰ ਮਿਕਸ ਕਰਨਾ ਤਾਂ ਕਿ ਦਹੀਂ ਜਿਹੜਾ ਨਾ ਫਿਰ ਦਾਣੇਦਾਰ ਜਾ ਨਾ ਹੋ ਜਾਏ ਤੇ ਬੜੀ ਸੋਹਣੀ ਸਾਡੀ ਚਿਕਨ ਜਿਹੜੀ ਉਹ ਤਿਆਰ ਹੋ ਗਈ ਮੈਂ ਫਿਰ ਉਹਦੇ ਵਿੱਚ ਪਾਇਆ ਧਨੀਆ ਪਾ ਦਿੱਤਾ ਥੋੜਾ ਜਿਹਾ ਅਦਰਕ ਮੈਂ ਨਹੀਂ ਪਾਈ ਨਾ ਹੀ ਮੈਂ ਵਿੱਚ ਬਹੁਤ ਜ਼ਿਆਦਾ ਮਸਾਲੇ ਜਾਂ ਨਮਕ ਐਡ ਕੀਤਾ ਕਿਉਂਕਿ ਉਹ ਇੰਨਾ ਜ਼ਿਆਦਾ ਸਪਾਈਸੀ ਖਾਣਾ ਨਹੀਂ ਖਾ ਸਕਦਾ ਤੋ ਬਸ ਜੀ ਇਧਰ ਫਿਰ ਮੈਂ ਰੋਟੀ ਜਿਹੜੀ ਹੈ ਉਹ ਪਕਾਉਣ ਲੱਗੀ ਸਾਂ ਮੈਂ ਕਿਹਾ ਫਟਾਫਟ ਰੋਟੀਆਂ ਜਿਹੜੀਆਂ ਨੇ ਉਹ ਵੀ ਪਕਾ ਕੇ ਟਾਈਮ ਨਾਲ ਭੇਜਾਂ ਤਾਂ ਕਿ ਫਿਰ ਉਸ ਤੋਂ ਬਾਅਦ ਮੈਂ ਆਪਣੀ ਇਫਤਾਰੀ ਦਾ ਪ੍ਰੋਗਰਾਮ ਜਿਹੜਾ ਹੈ ਉਹ ਤਿਆਰ ਕਰ ਸਕਾਂ ਤੇ ਜੇ ਮੈਨੂੰ ਰੋਟੀ ਪਕਾਣੀ ਬੜੀ ਚੰਗੀ ਲੱਗਦੀ ਹੈ ਪਾਕਿਸਤਾਨ ਵੀ ਮੈਂ ਸ਼ਾਦੀ ਤੋਂ ਪਹਿਲੇ ਵੀ ਬੜੇ ਸ਼ੌਕ ਨਾਲ ਰੋਟੀ ਪਕਾਉਂਦੀ ਹੁੰਦੀ ਸਾਂ ਸਾਰਿਆਂ ਦੀ ਤੇ ਰੋਟੀ ਵੇਖੋ ਸਾਡੀ ਫੁੱਲੀ ਕਿੱਡੀ ਸੋਹਣੀ ਤੋ ਜੀ ਫੁੱਲਕੇ ہمارے ਤਿਆਰ ਹੋ ਗਏ ਤੇ ਬੜੇ ਜ਼ਬਰਦਸਤ ਤੇ ਹਾਂਡੀ ਵੀ ਸਾਡੀ ਬੜੀ ਵਧੀਆ ਪੱਕ ਗਈ ਮੈਂ ਕਿਹਾ ਚਲੋ ਇਹਨੂੰ ਹੁਣ ਮੈਂ ਜਿਹੜਾ ਏ ਕੱਢ ਦਵਾ ਉਹਨੂੰ ਖਾਣਾ ਭੇਜਾਂ ਤੇ ਫੇਰ ਜਿਹੜਾ ਨਾ ਅਸੀਂ ਬਾਅਦ ਵਿੱਚੋਂ ਆਪਣੀ ਜਿਹੜੀ ਇਹਨਾਂ ਮੈਂ ਉਹ ਤਿਆਰੀ ਸ਼ੁਰੂ ਕਰਾਂ ਤੋਂ ਬਸ ਜੀ یہی ਹੋਤਾ ਹੈ ਆਪਣੋਂ ਦਾ ਸਾਥ ਆਪਣੋਂ ਦਾ ਪਿਆਰ ਕਿ ਅੱਲਾਹ ਨੇ ਕਿੱਡੇ ਆਰ ਬੰਦੇ ਨੂੰ ਲਾਇ ਹੁੰਦੇ ਨੇ ਮੈਂ ਬੜਾ ਸ਼ੁਕਰ ਕਰਨੀ ਆ ਕਿ ਅੱਲਾਹ ਨੇ ਇਸ ਕਾਬਲ ਬਣਾਇਆ ਏ ਕਿ ਆਪੇ ਪਕਾ ਸਕੀਏ ਆਪੇ ਕਮਾ ਸਕੀਏ ਔਰ ਆਪੇ ਖਾ ਸਕੀਏ ਇਹ ਅੱਲਾਹ ਦੀ ਬਹੁਤ ਵੱਡੀ ਬਲੇਸਿੰਗ ਏ ਤੇ ਜਿਹੜਾ ਤੁਹਾਡੇ ਤੋਂ ਦੂਜਿਆਂ ਨੂੰ ਵੀ ਫੈਜ਼ ਪਹੁੰਚੇ ਉਸ ਤੋਂ ਵੱਡੀ ਬਲੇਸਿੰਗ ਏ ਤੇ ਜੀ ਆਟਾ ਵੇਖੋ ਸਾਡਾ ਫੁੱਲ ਗਿਆ ਸੀ ਇਹਨੂੰ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਜ਼ਰਾ ਇਸ ਤਰ੍ਹਾਂ ਕਰਨਾ ਸੀ ਫਿਰ ਇਹਨੂੰ ਇਹਨੂੰ ਨਾ ਇਸ ਤਰ੍ਹਾਂ ਕਰਨਾ ਸੀ ਆ ਵੇਖੋ ਇਹ ਤੇ ਮੈਂ ਇਹਦੇ ਚ ਵੀਡੀਓ ਚ ਥੋੜਾ ਹੀ ਕਲਿੱਪ ਏ ਲੇਕਿਨ ਇਹਨੂੰ ਕਾਫੀ ਧੇਰ ਇਸ ਤਰ੍ਹਾਂ ਜਿਹੜਾ ਏ ਉਹ ਕੀਤਾ ਸੀ ਇੰਨਾ ਕਿ ਇਹਦੇ ਚ ਸਾਰੀ ਜਿਹੜੀ ਹੈ ਨਾ 에ਅ ਹੋ ਜਾਂਦੀ ਏ ਦੇ ਵਿੱਚ ਮੈਂ ਡੋ ਦੇ ਵਿੱਚ ਜਿਹਦੇ ਨਾਲ ਫਿਰ ਤੁਹਾਡਾ ਜੋ ਵੀ ਤੁਸੀਂ ਬਣਾਉਣਾ ਹੈ ਪੀਜ਼ਾ ਜਾਂ ਬਰਨਜ਼ ਵਗੈਰਾ ਬਣਾਉਣੇ ਨੇ ਉਹ ਬੜੇ ਹੀ ਨਰਮ ਬਣਦੇ ਨੇ ਤੇ ਦੋ ਪੇੜੇ ਮੈਂ ਵੱਡੇ ਵੱਡੇ ਜੇ ਬਣਾ ਲਏ ਇੱਥੇ ਨਾਲ ਮੈਂ ਸ਼ਾਇਦ ਲਾਈਵ ਤੇ ਵੀ ਸਾਂ ਉੱਥੇ ਵੀ ਬਖਾਂਦੀ ਪਈ ਸਾਂ ਕਿ ਕਿਸ ਤਰ੍ਹਾਂ ਬਣਾਣਾ ਹੈ ਮੈਨੂੰ ਬੜਾ ਚੰਗਾ ਲੱਗਦਾ ਹੈ ਲਾਈਵ ਤੇ ਵੀ ਜਾਣਾ ਸਾਰਿਆਂ ਨਾਲ ਗੱਲਬਾਤ ਕਰਨੀ ਹੈ ਫਿਰ ਇਹ ਵੀ ਬੜਾ ਹੀ ਚੰਗਾ ਲੱਗਦਾ ਕਿ ਕੋਈ ਕਿੱਥੋਂ-ਕਿੱਥੋਂ ਤੁਹਾਨੂੰ ਵੇਖਦਾ ਹੁੰਦਾ ਹੈ ਕਿਹੜੇ-ਕਿਹੜੇ ਮੁਲਕ ਚੋਂ ਕਿਸ-ਕਿਸ ਤਰ੍ਹਾਂ ਦੇ ਘਰ ਹੁੰਦੇ ਨੇ ਕਿੱਥੋਂ-ਕਿੱਥੋਂ ਤੁਸੀਂ ਵੇਖਦੇ ਹੋ ਕੀ-ਕੀ ਤੁਸੀਂ ਕਰ ਰਹੇ ਹੁੰਦੇ ਹੋ ਔਰ ਉਸ ਵੇਲੇ ਕਿਸੇ ਦੀ ਜ਼ਿੰਦਗੀ ਚ ਕੀ-ਕੀ ਗੁਜ਼ਰ ਰਿਆ ਹੁੰਦਾ ਜਿਹੜੇ ਵੇਲੇ ਮੇਰੀ ਵੀਡੀਓ ਤੁਹਾਡੇ ਘਰ ਚੱਲ ਰਹੀ ਹੁੰਦੀ ਹੈ ਮੈਨੂੰ ਇਹ ਸੋਚ ਕੇ ਹੀ ਬੜਾ ਚੰਗਾ ਲੱਗਦਾ ਹੈ ਤੇ ਜੇ ਮੇਰੀ ਵੀਡੀਓ ਤੁਹਾਡੇ ਚਿਹਰੇ ਤੇ ਮੁਸਕਰਾਹਟ ਲਿਆਏ ਤੇ ਐ ਮੈਨੂੰ ਉਸ ਤੋਂ ਵੀ ਚੰਗਾ ਲੱਗਦਾ ਤੇ ਜੀ ਮੈਂ ਬਸ ਇਹ ਟਮਾਟੋ ਕੈਚਪ ਪਾਈ ਚੀਜ਼ ਪਾਈ ਜੋ ਮੈਂ ਬਣਾਇਆ ਬਣਾਇਆ ਸੀ ਉਹ ਵੀ ਸਾਰਾ ਮੈਂ ਪਾ ਕੇ ਤੇ ਮੈਂ ਜੀ ਇਹ ਰੱਖਿਆ oven ਨੂੰ ਅ ਗਰਮ ਕੀਤਾ ਸੀ ਉਹਦੇ 'ਚ ਜੀ ਅਸੀਂ ਰੱਖ ਦਿੱਤਾ ਆਪਣਾ ਪੀਜ਼ਾ ਔਰ ਪੀਜ਼ਾ ਸਾਡਾ ਜਿਹੜਾ ਹੈ ਉਹ ਚਲਾ ਗਿਆ oven ਦੇ ਵਿੱਚ ਐ ਵੇਖੋ ਪੀਜ਼ਾ oven 'ਚ ਚਲਾ ਗਿਆ ਤੇ ਇਹ ਜਿਹੜੇ ਦੋ ਪੇੜੇ ਬੱਚੇ ਸਨ ਇਹਨਾਂ ਪੇੜਿਆਂ ਇੱਕ ਪੇੜਾ ਸੋਰੀ ਬੱਚਾ ਵੇਖੋ ਕਿੰਨਾ ਹੱਲੇ ਵੀ ਬੌਂਸੀ ਏ ਇਹਦੇ 'ਚ ਜ਼ਰਾ ਸਟਿਕ ਵੀ ਨਹੀਂ ਹੁੰਦਾ ਪਿਆ ਕਿਧਰੇ तो इन ना मैं फिर सोचा मैं इनू रख देव बैग किसे पा के, के इनू फिर ना मैं कल बनावगी या परसों बना लागी बनाऊँगी इसका पिज्ज़ा या कुछ और शायद हम वो बना लें जैसे एक रोल सा होता है चिकन और चीज़ डाल के तो इसको मैं से फ्रिज में रखने लगी हूँ तो ये इन शह कल बनेगा चलें ਇਨ ਜੀ ਅਸੀਂ ਰੱਖ ਦਿੱਤਾ oven ਦੇ ਵਿੱਚ ਔਰ ਵੇਖੋ ਕਿੱਡਾ ਸੋਹਣਾ ਬਣਦਾ ਪਿਆ ਸੀ ਤੇ ਫਿਰ ਮੈਂ ਆਈ ਇਹਦਰ ਕਿਚਨ ਚ ਥੋੜੀ ਜੀ ਜੜੀ ਹੈ ਨਾ ਚਿਕਨ ਉਹਦੇ ਚ ਬਚ ਗਈ ਸੀ ਜਿਹੜਾ ਮੈਂ ਪੀਜ਼ਾ ਤੇ ਰੱਖਿਆ ਸੀ ਤੇ ਅਯਾਨ ਨਾ ਕਟਲੈਸ ਬੜੇ ਹੀ ਸ਼ੌਕ ਨਾਲ ਖਾਂਦਾ ਹੈ ਪਟੇਟੋ ਵਾਲੇ ਆਲੂ ਵਾਲੇ ਤੇ ਆਲੂ ਮੈਂ ਬੋਇਲ ਕੀਤੇ ਸਨ ਇਹਦੇ ਚ ਮੈਂ ਉਹ ਵਾਲੀ ਚਿਕਨ ਪਾ ਦਿੱਤੀ ਪਿਆਜ਼ ਪਾ ਦਿੱਤਾ ਧਨੀਆ ਪਾ ਦਿੱਤਾ ਕ੍ਰਸ਼ ਚਿਲੀਜ਼ ਜਿਹੜਾ ਇਹ ਗਰਮ ਮਸਾਲਾ ਲਾਲ ਮਿਰਚਾਂ ਔਰ ਬਰੈਡ ਕਰਮਜ਼ ਦਾ ਇੱਕ ਕੱਪ ਜਿਹੜਾ ਏ ਅੱਧਾ ਕੱਪ ਉਹ ਇਹਦੇ ਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਨਾ ਮਿਕਸ ਕਰ ਲੈਣਾ ਸਿੱ ਹੱਥਾਂ ਨਾਲ ਇਹਦੇ ਨਾਲ ਮੈਂ ਬਣਾਵਾਂਗੀ ਡੋਨਟ ਜੇ ਇੱਥੇ ਜੀ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਹੁਤ ਹੀ ਸੋਹਣਾ ਸਾਡਾ ਆ ਵੇਖੋ ਕਿੱਡੇ ਵਧੀਆ ਬਣਦੇ ਪੇਸਟ ਤੇ ਇਸ ਤਰ੍ਹਾਂ ਹੀ ਮੈਂ ਇਹਨਾਂ ਨੂੰ ਕਰਕੇ ਇਹਦੇ ਵਿੱਚ ਇਸ ਤਰ੍ਹਾਂ ਰਹਾਤ ਤੇ ਰੋਲ ਕਰਕੇ ਆ ਵੇਖੋ ਜੀ ਡੋਨਟ ਅਸੀਂ ਬਣਾਏ ਬੜੇ ਵਧੀਆ ਤੇ ਮੈਂ ਕਿਹਾ ਚਲੋ ਚੰਗਾ ਲੱਗੇਗਾ ਉਹਨਾਂ ਕੇ ਮਾਮਾ ਨੇ ਕੋਈ ਡਿਫਰੈਂਟ ਚੀਜ਼ ਬਣਾਈ ਅੱਜ ਤੇ ਜੀ ਇਹ ਸਾਡੇ ਤਿਆਰ ਹੋ ਗਏ ਸਨ ਇੱਕ ਮੈਂ ਅੰਡਾ ਫੈਂਟਿਆ ਔਰ ਥੋੜੇ ਜਿਹਾ ਮੈਂ ਲੇ ਬ੍ਰੈਡ ਕਰੰਮਸ ਪਹਿਲਾਂ ਇਹਨੂੰ ਮੈਂ ਅੰਡੇ ਚ ਡਿਪ ਕੀਤਾ ਫਿਰ ਮੈਂ ਇਹਨੂੰ ਬ੍ਰੈਡ ਕਰੰਮਸ ਚ ਡਿਪ ਕੀਤਾ ਇੱਕ ਹੀ ਰਹਿਣ ਦਿੰਦੀ ਤੇ ਠੀਕ ਸੀ ਮੈਂ ਡਬਲ ਕੋਟਿੰਗ ਕਰ ਲਈ ਮੈਨੂੰ ਲੱਗਦਾ ਉਹ ਜ਼ਿਆਦਾ ਹੋ ਗਈ ਲੇਕਿਨ ਇੱਕ ਵਾਰੀ ਕਰੋ ਤੇ ਤਾਂ ਵੀ ਠੀਕ ਹੈ ਤੇ ਜੀ ਸਾਰੇ ਅਸੀਂ ਇਸ ਤਰ੍ਹਾਂ ਹੀ ਆਹستہ ਆਹستہ ਰੈਡੀ ਕਰ ਲਏ ਤੇ ਵੇਖੋ ਕਿੰਨਾ ਕੰਮ ਹੈ ਵੀਡੀਓ ਵੇਖਾਂ ਤੇ ਮੈਨੂੰ ਲੱਗਦਾ ਕਿ ਮੈਂ ਬੜਾ ਕੰਮ ਕੀਤਾ ਉੰਜ ਮੈਨੂੰ ਨਹੀਂ ਪਤਾ ਚੱਲਦਾ ਕਿ ਮੈਂ ਕਿੰਨਾ ਕੰਮ ਕੀਤਾ ਤੇ ਐਜੀ ਮੈਂ ਇਹਨੂੰ ਫਿਰ ਪਾਇਆ ਇਹਦੇ ਵਿੱਚ ਗਰਮ ਤੇਲ ਚ ਪਾ ਦਿੱਤੇ ਅਸੀਂ ਆਪਣੇ ਪੋਟੇਟੋ ਡੋਨਟਸ ਔਰ ਜਿਹੜੇ ਬਾਕੀ 6 ਬੱਚੇ ਸਨ ਉਹਨਾਂ ਨੂੰ ਮੈਂ ਇੱਕ ਪਲਾਸਟਿਕ ਬੈਗ ਚ ਪਾ ਕੇ ਮੈਂ ਕਿਨਾਂ ਨੂੰ ਮੈਂ ਫ੍ਰੀਜ਼ ਕਰ ਦਾਂਗੀ ਜਾਂ ਫ੍ਰਿਜ ਰੱਖ ਦਾਂਗੀ ਕਿਉਂਕਿ ਸਾਰੇ ਟਾਈਮ ਵੀ ਕਈ ਵਾਰੀ ਆਹਨ ਖਾ ਲੈਂਦਾ ਹੈ ਤੇ ਉਹ ਫਿਰ ਵਈ ਉਹਨੂੰ ਫਿਰ ਭੁੱਖ ਨਹੀਂ ਲੱਗਦੀ ਤੇ ਆ ਬੜੇ ਸੋਹਣੇ ਸਾਡੇ ਤਿਆਰ ਹੋ ਗਏ ਤਾਂ ਇਹ ਦੇਖੇਂ ਜੀ ہمارا ਟੇਬਲ ਰਫਤਾਰੀ ਦਾ ਯਹਾਂ ਪੇ ਰੈਡੀ ਥਾ ਔਰ ਸਭ ਯਹਾਂ ਪਰ ਰਫਤਾਰੀ ਕੇ ਲੀਏ ਬੈਠਨੇ ਲਗੇ ਤੇ ਜੀ ਇਧਰ ਪੀਜ਼ਾ ਵੀ ਸਾਡਾ ਹੋ ਗਿਆ ਸੀ ਤਿਆਰ ਤੇ ਪੀਜ਼ਾ ਵੇਖੋ ਕਿੱਡਾ ਸ਼ਾਨਦਾਰ ਬਣਿਆ ਔਰ ਜੀ ਇਹਨੂੰ ਫਿਰ ਅਸੀਂ ਕੱਢਿਆ ਬਾਹਰ ਬੜੇ ਹੀ ਪਿਆਰ ਨਾਲ ਮੈਂ ਕਿਹਾ ਚਲੋ ਐ ਵੇਖੋ ਕਿਆ ਜ਼ਬਰਦਸਤ ਬਣਿਆ ਸੀ ਫੁੱਲਿਆ ਸੀ ਔਰ ਡੋ ਵੀ ਬਿਹਤਰੀਨ ਸੀ ਤانوں ਮੈਂ ਕਿਸੇ ਦਿਨ ਨਾ ਤਵੇ ਤੇ ਬਣਾਉਣਾ ਸਿਖਾਵਾਂਗੀ ਸਨਾਜ਼ ਕਿਚਨ ਬਣਾਤੀ ਹੈ ਬੜਾ ਜ਼ਬਰਦਸਤ। ਉਹਨ세 ਮੈਨੇ ਸਿੱਖਾਤਾ ਤੋ ਉਹ ਵੀ ਕਿਸੇ ਦਿਨ ਬਣਾਏਂਗੇ। ਪਰ ਉਹਦੇ ਵਾਸਤੇ ਨਾ ਦੂਜੀ ਚਾਹੀਦੀ ਹੈ ਟ੍ਰੇ ਉਹ ਮੇਰੇ ਕੋਲ ਹੈ ਨਹੀਂ ਸੀ। ਉਹ ਮੈਂ ਲੈ ਕੇ ਆਵਾਂਗੀ ਕਿਸੇ ਦਿਨ ਤੇ ਫਿਰ ਉਹਦੇ ਚ ਅਸੀਂ ਬਣਾਵਾਂਗੇ। ਆ ਵੇਖੋ ਕਿੰਨਾ ਸੌਫਟ ਜ਼ਰਾ ਸਟਿਕ ਨਹੀਂ ਹੋਇਆ ਚਮੜਿਆ ਨਹੀਂ ਥੱਲੇੋਂ ਤੱਕ ਬਿਲਕੁਲ ਪੱਕ ਗਿਆ ਸੀ। ਔਰ ਅੰਦਰ ਆ ਵੇਖੋ ਤੁਹਾਨੂੰ ਪਤਾ ਲੱਗਦਾ ਹੈਗਾ ਕਿੰਨਾ ਸੌਫਟ ਹੈ। ਲੋ ਜੀ ਅਸੀਂ ਫਿਰ ਇਹਨੂੰ ਹੁਣ ਇਸ ਤਰ੍ਹਾਂ ਕਟਾਂਗੇ ਮੈਂ ਕੁਛ ਹੈ ਲੱਭਦੀ ਪਈਸਾ ਲੱਭ ਗਈ ਜੀ ਕਟਰ ਲੱਭ ਰਹੀ ਸੀ ਔਰ ਅੰਦਰ ਤੱਕ ਪੱਕ ਗਿਆ ਹੋਇਆ ਆਪ ਵੀ ਬਣਾएं ਇਸ ਪੀਜ਼ੇ ਕੋ ਔਰ ਟਰਾਈ ਕਰੇ ਔਰ ਆਪਨੇ ਮੈਨੂੰ ਬਤਾਨਾ ਹੈ ਕਿ ਆਪਕਾ ਪੀਜ਼ਾ ਜੋ ਹੈ ਉਹ ਕਿਵੇਂ ਬਣਾ ਤੇ ਅੱਜ ਦੇ ਖਾਣੇ ਵਿੱਚ ਤੇ ਬਸ ਅਸੀਂ ਇਹ ਪੀਜ਼ਾ ਹੀ ਖਾਦਾ ਔਰ ਬਸ ਜੀ ਇਹਦੇ ਨਾਲ ਹੀ ਸਾਡਾ ਰੋਜ਼ਾ ਜਿਹੜਾ ਇਹ ਇਫਤਾਰੀ ਜਿਹੜੀ ਹੋਈ ਸੀ ਜਿਹੜੀਆਂ ਮੈਂ ਫਰਾਈ ਕੀਤੀਆਂ ਮੇਰੇ ਕੱਪੜਿਆਂ ਤੇ ਵੀ ਵੇਖੋ ਲੈ ਤਾਂ ਕਟਾ ਲੱਗਾ ਮੈਦਾ ਲੱਗਾ ਹੈ ਹਾਏ ਹੇ ਇੱਕ औरत ਵਿਚਾਰੀ ਵੀ ਆਈਏ ਇੱਕ ਵਾਰੀ ਗਏ ਤੇ ਉਹਨੇ ਕੋਈ ਪੈਨ ਮੰਗਿਆ ਸਾਈਨ ਕਰਨ ਵਾਸਤੇ ਵਿਚਾਰੀ ਦੇ ਹੱਥਾਂ ਤੇ ਆਟਾ ਲੱਗਾ ਸੀ ਫਰੇ ਰੋਟੀਆਂ ਪਕਾ ਕੇ ਵਿਚਾਰੀ ਜਾਸ ਤੇ ਚੜੀ ਸੀ ਤੇ ਇਹੀ ਸਾਡਾ ਹਾਲ ਹੁੰਦਾ ਹੈ ਹੈ ਸਾਡੀ ਟੋਰ ਕੋਈ ਵੇਖੇ ਤੇ ਕੋਈ ਸਾਡੇ ਕੰਮ ਕਰਦ ਕਰਦਿਆਂ ਨੂੰ ਵੇਖੇ ਸਾਨੂੰ ਕਿ ਅਸੀਂ ਕਿੰਨਾ ਕੰਮ ਕਰਦੇ ਹਾਂ ਠੀਕ ਹੈ ਜੀ ਮੇਰੇ ਇਜਾਜ਼ਤ ਦੇਓ ਕਿ ਜੀ ਅੱਲਾਹ ਹਾਫਿਜ਼